ਦੇਸ਼ ਔਰ ਵਿਦੇਸ਼ ਵਿੱਚ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਗੁਰਫਤੇ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਜਰਲੀ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਫੈਡਰੇਸ਼ਨ ਨਾਲ ਜੁੜੀਆਂ ਤਕਰੀਬਨ 12 ਕਲੱਬਾਂ ਦੇ ਅਭਦੇਦਾਰ ਸਹਿਬਾਨ ਉਹਨਾਂ ਨੇ ਹਾਜ਼ਰੀ ਭਰੀ ਆ ਔਰ ਸੰਦੀਪ ਦੀ ਸੋਚ ਨੂੰ ਸਲਾਮ ਕਰਦੇ ਆ ਪਹਿਲਾਂ ਸੰਦੀਪ ਵੀਰ ਦੇ ਨਾਂ ਤੇ ਮੌਨ ਰੱਖਿਆ ਗਿਆ ਉਸ ਤੋਂ ਬਾਅਦ ਸੰਦੀਪ ਦੀ ਸੋਚ ਜਿਹੜੀ ਕਬੱਡੀ ਪ੍ਰਤੀ ਸੀ ਉਹਦੀ ਸੋਚ ਨੂੰ ਅੱਗੇ ਲਿਜਾਣ ਵਾਸਤੇ ਸਮੁੱਚੇ ਰੂਪ ਦੇ ਵਿੱਚ ਮਤਾ ਪਾਇਆ ਗਿਆ ਤੇ ਜਲਦ ਹੀ ਕੱਪਾਂ ਦੇ ਰੂਪ ਦੇ ਵਿੱਚ ਮੇਜਰ ਲੀਗ ਕਬੱਡੀ ਫੈਡਰੇਸ਼ਨ ਜਿਹੜੀ ਆ ਉਹ ਮੈਚ ਖੇਡੇਗੀ। ਔਰ ਦੇਸ਼ ਔਰ ਵਿਦੇਸ਼ ਵਿੱਚ ਵੱਸਦੇ ਸਾਰੇ ਹੀ ਭਰਾਵਾਂ ਨੂੰ ਬੇਨਤੀ ਹੈ ਕਬੱਡੀ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਸਾਡਾ ਸਾਥ ਦਿਓ ਔਰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਜਿਹੜੇ ਕੱਪ ਬੁੱਕ ਕਰਨੇ ਆ ਉਹ ਜਿੰਨੀਆਂ ਵੀ ਕਲੱਬਾਂ ਨਾਲ ਤੁਸੀਂ ਜੁੜੇ ਹੋ ਵਕ ਵਕ ਭਰਾਵਾਂ ਨਾਲ ਤੁਸੀਂ ਸੰਪਰਕ ਬਣਾ ਕੇ ਕੱਪ ਬੁੱਕ ਕਰ ਸਕਦੇ ਹੋ तकरीबन 12 13 ਕੱਪ ਜਿਹੜੇ ਅੱਜ ਟੇਬਲ ਦੇ ਉੱਤੇ ਹੀ ਬੈਠੇ ਆਂ ਸਾਰੀ ਫੈਡਰੇਸ਼ਨ ਨੇ ਬੁੱਕ ਕੀਤੇ ਆ ਤੇ ਉਹਨਾਂ ਦੀਆਂ ਤਰੀਕਾਂ ਜਿਹੜੀਆਂ ਉਹ ਇੱਕ ਹਫ਼ਤੇ ਦੇ ਵਿੱਚ ਅਨਾਉਂਸ ਹੋ ਜਾਣਗੀਆਂ ਕੁਝ ਦਿਨ ਪਹਿਲਾਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਦੁਆਰਾ ਚੋਣ ਹੋਈ ਆ ਜਿਹਦੇ ਪ੍ਰਧਾਨ ਰਚਪਾਲ ਸਿੰਘ ਜੀ ਸ਼ੀਰਾ ਵਾਈਸ ਪ੍ਰਧਾਨ ਸਤਨਾਮ ਸਿੰਘ ਜੀ ਸੱਤਾ ਮਠੱਡਾ ਜਨਰਲ ਸਕੱਤਰ ਸਾਡੇ ਮਾਨਕਵੀਰ ਤੇ ਸੰਘਾ ਸਾਹਿਬ ਔਰ ਸਮੁੱਚੀ ਟੀਮ ਉਹ ਸਾਰੀ ਟੀਮ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਵੱਲੋਂ ਅਸੀਂ ਵਧਾਈ ਪੇਸ਼ ਕਰਦੇ ਆਂ ਔਰ ਇਹਨਾਂ ਦਾ ਜੋ ਤਜਰਬਾ ਰਿਹਾ ਕਬੱਡੀ ਦੇ ਵਿੱਚ ਔਰ ਭਵਿੱਖ ਵਿੱਚ ਆਸ ਕਰਦੇ ਆਂ ਕਿ ਇਹ ਆਪਣੇ ਤਜਰਬੇ ਦੇ ਵਿੱਚੋਂ ਕਬੱਡੀ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਸਾਨੂੰ ਵੀ ਜਿੱਦਾਂ ਪਹਿਲਾਂ ਜ਼ਰੂਰੀ ਸੁਝਾਅ ਪੇਸ਼ ਕਰਦੇ ਰਹੇ ਆ ਔਰ ਭਵਿੱਖ ਵਿੱਚ ਵੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਨਾਲ ਖੜਨਗੇ ਔਰ ਅਸੀਂ ਉਹਨਾਂ ਨੂੰ ਫਿਰ ਇੱਕ ਵਾਰ ਮੁਬਾਰਕਵਾਦ ਪੇਸ਼ ਕਰਦੇ ਆਂ ਜੋ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਰੂਲਸ ਹਨ ਉਹਨਾਂ ਰੂਲਾਂ ਦੇ ਉੱਤੇ ਹੀ ਦੁਆਰਾ ਜਿਹੜਾ ਤੀਜਾ ਸੀਜ਼ਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਖੇਡੇਗੀ ਔਰ ਆਸ ਕਰਦੇ ਹਾਂ ਸਾਰੀਆਂ ਸਪੋਰਟਸ ਕਮੇਟੀਆਂ ਪੂਰੇ ਪੰਜਾਬ ਦੀਆਂ ਔਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਰੇ ਹੀ ਪ੍ਰਮੋਟਰ ਸਹਿਬਾਨ ਔਰ ਖਿਡਾਰੀ ਸਹਿਬਾਨ ਅੱਗੇ ਵੱਗੂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਜੀ ਧੰਨਵਾਦ ਬਹਾਗੁਰ ਜੀ ਦਾ ਖਾਲਸਾ ਸ੍ਰੀ ਬਹਾਗੁਰ ਜੀ ਕੀ ਫਤਿਹ ਬਹੁਤ ਹੀ ਮੁਸ਼ਕਲ ਪਰਮਾਨਾ ਅੱਜ ਅਸੀਂ ਮੀਟਿੰਗ ਕੀਤੀ ਹੈ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਬਿਸਾਰੀ ਅੰਕਲ ਬੱਬਾ ਜੇ ਸਾਡੀਆਂ ਅਕੈਡਮੀਆ ਜਿਹੜੀਆਂ ਸਾਡੇ ਨਾਲ ਅਫੀਲੀਏਟਡ ਨੇ ਅਸੀਂ ਸਾਰਿਆਂ ਨੇ ਰਲ ਕੇ ਨੰਗਲੰਬੀਆ ਸਾਹਿਬ ਦੀ ਯਾਰ ਨੂੰ ਤਾਜ਼ਾ ਕਰਨਾ ਅੱਜ ਮੀਟਿੰਗ ਚ ਬਹੁਤ ਹੀ ਪੁਆਇੰਟ ਡਿਸਕਸ ਹੋਏ ਦਸੰਬਰ 2019 ਚ ਸਟਾਰਟ ਕੀਤੀ ਮੀਜਰ ਲੀਗ ਬਹੁਤ ਸਾਨੂੰ ਹੰਗਾਰਾ ਮਿਲਦਾ ਐਨਆਰਆਈ ਐਨਆਰਆਈ ਭਰਾਵਾਂ ਦਾ ਤੇ ਲੋਕਲ ਜਿਹੜੇ ਪੰਜਾਬ ਦੇ ਪ੍ਰੋਮੋਟਰ ਨੇ ਪਲੇਅਰ ਨੇ ਪਲੇਅਰ ਸਾਡੇ ਅਧਿਕ ਵਾਪਸ ਆ ਕੇ ਬਾਹਰ ਖੇਲ ਕੇ ਥੋੜੇ ਆ ਰਹੇ ਨੇ ਤੇ ਅਸੀਂ ਉਸੇ ਸਪਿਰਟ ਨਾਲ ਉਸੇ ਜੋਸ਼ ਨਾਲ ਉਸੇ ਉਸੇ ਡਿਸਪੀਲਨ ਨਾਲ ਮੈਚ ਸ਼ੁਰੂ ਕਰਾ ਰਹੇ ਹਾਂ ਤੇ ਜਨਤਾ ਦਾ ਸਹਿਯੋਗ ਸਾਡੇ ਨਾਲ ਬਹੁਤ ਟੈਲੀਫੋਨ ਆਉਂਦੇ ਨੇ ਸਾਡੀ ਕਮੇਟੀ ਨੂੰ ਸਾਡੇ ਅਸੀਂ ਇੱਕ ਵਾਰ ਫਿਰ ਬੇਨਤੀ ਕਰਦੇ ਆ ਪਹਿਲਾਂ ਵੀ ਸਤਿਕਾਰਯੋਗ ਸਾਡੇ ਸਕੁਤਰ ਸਾਹਿਬ ਨੇ ਕਿਹਾ ਸਾਡੇ ਜਿੰਨੀ ਵੀ ਫੈਡਰੇਸ਼ਨ ਨੇ ਉਹਨਾਂ ਕੋਲ ਤੁਸੀਂ ਕੋਈ ਵੀ ਮੈਚ ਬੁੱਕ ਕਰਾ ਸਕਦਾ ਉਹਨੂੰ ਬਗੈਰ ਰਸੀਦ ਮਿਲੂਗੀ ਤੇ ਉਹ ਤੋਂ ਬਾਅਦ ਅਸੀਂ ਜਿਹੜੇ ਮੈਚ ਕਰਾਉਣੇ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਨਿਹਰਾ ਹੋਣ ਤੋਂ ਕੋਸ਼ਿਸ਼ ਕਰਾਂਗੇ ਵੀ ਪਹਿਲਾਂ ਖਤਮ ਹੋ ਜਾਣ ਇਹ ਬੜਾ ਵਧੀਆ ਟ੍ਰੈਂਡ ਆ ਜੇ ਪਹਿਲਾਂ ਖਤਮ ਹੋ ਜਾਣ ਦੂਸਰਾ ਅਸੀਂ 21 ਸਾਲ ਵਾਲੇ ਮੈਚ ਦੁਬਾਰਾ ਫੇਰ ਸ਼ੁਰੂ ਕਰਨੇ ਨੇ ਬਲਤਾਂ ਅਸੀਂ ਕੀਤਾ ਹੀ ਨਹੀਂ ਸੀ ਹੁਣ ਫੇਰ ਸ਼ੁਰੂ ਕਰਨੇ ਨੇ ਤੇ ਉਹ ਵੀ ਇੱਕ ਬੱਚਿਆਂ 'ਚ ਬੜਾ ਉਤਸ਼ਾਹ ਪਲੇਅਰਾਂ 'ਚ ਬਹੁਤ ਉਤਸ਼ਾਹ ਤੀਸਰਾ ਬਹੁਤ ਵੱਡੇ ਵੱਡੇ ਮੈਚ ਹੋ ਰਹੇ ਨੇ ਨੰਗਲ ਅੰਬੀਅਰ ਸਾਹਿਬ ਦੀ ਯਾਦ ਚ ਤਕਰੀਬਨ ਸਾਰਾ ਸੰਸਾਰ ਕਬੱਡੀ ਲਵਰ ਸਾਰੀ ਉਹਦੀ ਯਾਰ ਨੂੰ ਤਾਜ਼ਾ ਕਰਨਾ ਚਾਹੁੰਦੇ ਨੇ ਮੈਂ ਇੱਕ ਵਾਰ ਫੇਰ ਜਿਹੜੇ ਇੱਥੇ ਮੀਟਿੰਗ ਹਾਜ਼ਰ ਹੋਏ ਨੇ ਅਕੈਡਮੀਆ ਦੇ ਪ੍ਰਮੋਟਰ ਸਾਹਿਬ ਕੁਚਾ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਬੜੇ ਵਧੀਆ ਫੈਸਲੇ ਲਏ ਇਸੇ ਇਦਾਂ ਹੀ ਫੈਸਲੇ ਅਸੀਂ ਗਰਾਊਂਡਾਂ 'ਚ ਲੈਣੇ ਨੇ ਡਿਸਪੀਸਪਲਨ ਟਾਈਮ ਰੱਖਣਾ ਤੇਲ ਨਹੀਂ ਲਾਉਣ ਦੇਣਾ ਟਾਈਮ ਦਾ ਖਿਆਲ ਰੱਖਣਾ ਤੇਲ ਬਾਕੀ ਇਹ ਆ ਰੈਫਰੀਆਂ ਕਮੈਂਟਰੀਆਂ ਨੇ ਕੋਈ ਗਲਤ ਗੱਲ ਨਹੀਂ ਕਹਿਣੀ ਇਹ ਸਾਸਨਾ ਅਸੀਂ ਮੈਚ ਸ਼ੁਰੂ ਕਰਾਉਣੇ ਨੇ ਖੇਡਾਂ ਨੂੰ ਪਿਆਰ ਕਰਨ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਇੱਥੇ ਮੇਜਰ ਲੀਗ ਕਬਡੀ ਫੈਡਰੇਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਇਸ ਸੀਜ਼ਨ ਦੇ ਜਿਹੜੇ ਮੈਚ ਕਰਾਉਣ ਦੇ ਬਾਰੇ ਵਿਚਾਰਾਂ ਕੀਤੀਆਂ ਗਈਆਂ ਜਿਹਦੇ ਵਿੱਚ ਕਾਫੀ ਟੀਮਾਂ ਦੇ ਨੁਮਾਇੰਦੇ ਇੱਥੇ ਮੌਜੂਦ ਸੀ ਕੁਝ ਇੱਕ ਸਾਡੇ ਵੀਰ ਭਰਾ ਬਾਹਰ ਖੇਡਣ ਦੇ ਕਿਉਂਕਿ ਇਹ ਪਲੇਅਰਾਂ ਦੀ ਫੈਡਰੇਸ਼ਨ ਹੈ ਜਿਹੜੇ ਪਲੇਅਰ ਹੀ ਇਹਦਾ ਹਿੱਸਾ ਤੇ ਜਾਂ ਤਾਂ ਜਿਹੜੇ ਪਲੇਅਰ ਆ ਬਾਹਰ ਖੇਡਣ ਦੇ ਆ ਤੇ ਉਹਨਾਂ ਨੇ ਵੀ ਜਦੋਂ ਸੀਜ਼ਨ ਸ਼ੁਰੂ ਹੋਣਾ ਆਪਣਾ ਮੇਜਰ ਲੀਗ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੇ ਵੀ ਇੱਥੇ ਨਾ ਗਰਾਊਂਡਾਂ ਦੇ ਵਿੱਚ ਆ ਜਾਣਾ ਜਿੱਦਾਂ ਆਪਾਂ ਲੈ ਭਾਜੀ ਨੇ ਦੱਸਿਆ ਵੇ ਪਹਿਲਾਂ ਸੰਦੀਪ ਨੂੰ ਸਾਰਿਆਂ ਨੇ ਯਾਦ ਕੀਤਾ ਜੋ ਕਿ ਸਦਾ ਹੀ ਹੁਣ ਤਾਂ ਸਾਡੇ ਦਿਲਾਂ 'ਚ ਰਹਿਣ ਯਾਦ ਕਰਨ ਵਾਲੀ ਗੱਲ ਤਾਂ ਚਲੋ ਇਹ ਹੋਇਆ ਨਹੀਂ ਸਮੂਹਕ ਤੌਰ ਤੇ ਯਾਦ ਕੀਤਾ ਹਮੇਸ਼ਾ ਸਾਡੇ ਦਿਲਾਂ 'ਚ ਰਹੂਗਾ ਤੇ ਉਸ ਦੀ ਜਿਹੜੀ ਸੋਚ ਚੰਗੀ ਕਬੱਡੀ ਖੇਡ ਨੂੰ ਪ੍ਰਮੋਟ ਕਰਨਾ ਬੱਚਿਆਂ ਨੂੰ ਇਸ ਖੇਡ ਦੇ ਨਾਲ ਜੋੜਨਾ ਉਹਨਾਂ ਵਿਸ਼ਿਆਂ 'ਤੇ ਵਿਚਾਰਾਂ ਕੀਤੇ ਗਏ ਕਿ ਜਿਸ ਤਰ੍ਹਾਂ ਸੰਦੀਪ ਚਾਹੁੰਦਾ ਸੀ ਜੋ ਉਹਦਾ ਕਬੱਡੀ ਦੇ ਪ੍ਰਤੀ ਸੁਪਨਾ ਸੀ ਕਿ ਸਾਡੀ ਜਿਹੜੀ ਖੇਡ ਆ ਵਿਸ਼ਵ ਦੀਆਂ ਬਾਕੀ ਖੇਡਾਂ ਵਾਂਗੂ ਇਹਦਾ ਵੀ ਪੈਟਰਨ ਬਣੇ ਤੇ ਉਸੇ ਦੇ ਤਹਿਤ ਆਪਾਂ ਇਹਨੂੰ ਕੰਮ ਕਰੀਏ ਬਹੁਤ ਪਰਮਾਤਮਾ ਨੇ ਉਹਨੂੰ ਥੋੜੀ ਉਮਰ ਬਖਸ਼ੀ ਜਲਦੀ ਚਲੇ ਗਿਆ ਪਰ ਆਪਾਂ ਸਾਰਿਆਂ ਦਾ ਫਰਜ਼ ਆ ਚਾਹੇ ਖਿਡਾਰੀ ਆ ਚਾਹੇ ਮੈਚ ਕਰਵਾਉਣ ਵਾਲੇ ਚਾਹੇ ਦਰਸ਼ਕ ਚਾਹੇ ਇਸ ਖੇਡ ਨਾਲ ਜੁੜੇ ਜਿਨੇ ਆਪਾਂ ਚੰਗੀ ਕਬੱਡੀ ਨੂੰ ਪ੍ਰਮੋਟ ਕਰਨਾ ਵਾਅਦਾ ਆਪਾਂ ਸੰਦੀਪ ਦਾ ਤੇ ਉਹਦੇ ਜਿਹੜਾ ਪਰਿਵਾਰ ਦਾ ਸਾਥ ਦਈਏ ਉਹਨਾਂ ਨੂੰ ਹੌਸਲਾ ਦਈਏ ਮੈਚ ਕਰਵਾਈਏ ਮੈਚਾਂ ਦੇ ਜਰੀਏ ਆਪਾਂ ਕਬੱਡੀ ਨਾਲ ਜੁੜੀਏ ਇਹ ਜਿਹੜੀ ਆਪਣੀ ਸੰਦੀਪ ਨੂੰ ਸੱਚੀ ਸ਼ਰਧਾਂਜਲੀ ਹੋਊਗੀ ਤੇ ਅੱਜ ਜਿਹੜੀ ਮੁੱਖ ਵਿਚਾਰਾ ਕੀਤੀਆਂ ਗਈਆਂ ਜੋ ਪ੍ਰੋਬਲਮ ਆ ਰਹੀਆਂ ਸੀ ਪਿਛਲੇ ਮੈਚਾਂ ਦੇ ਵਿੱਚ ਡਿਸਪੀਸਪਲਨ ਦੇ ਬਾਰੇ ਤੇ ਉਹਦੇ ਬਾਰੇ ਟੀਮਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਤੇ ਸਭ ਤੋਂ ਵੱਡੀ ਗੱਲ ਜਿਹੜਾ ਅੱਜ ਫੈਸਲਾ ਲਿਆ ਗਿਆ ਕਿ ਇੱਕ ਵਰਕਸ਼ਾਪ ਕਮੈਂਟੇਟਰਾਂ ਵਾਸਤੇ ਵੀ ਲਗਾਈ ਜਾਊਗੀ ਜਿਹਦੇ ਵਿੱਚ ਸਾਡੇ ਜਿਹੜੇ ਪ੍ਰਾਣੇ ਕਮੈਂਟੇਟਰ ਮਾਹਰ ਕਮੈਂਟੇਟਰ ਉਹਨੇ ਸਵਾਮਾਂ ਲਈਆਂ ਜਾਣ ਗਿਆ ਤਾਂ ਕਿ ਜਿਹੜੇ ਆਪਾਂ ਕਮੈਂਟਰੀ ਦਾ ਪੱਧਰ ਤੇ ਮਿਆਰ ਜੋ ਦੁਨੀਆ ਦੀਆਂ ਬਾਕੀ ਖੇਡਾਂ ਵਿੱਚ ਅਪਣਾਇਆ ਜਾਂਦਾ ਇੱਥੇ ਵੀ ਉਹੀ ਅਪਣਾਇਆ ਜਾਵੇ ਕਿਉਂਕਿ ਜਿਹੜੇ ਕਮੈਂਟੇਟਰ ਹੈ ਖੇਡ ਦਾ ਮਹਾਂਦਰਾ ਬਦਲਣ ਲਈ ਬਹੁਤ ਤਾਕਤ ਰੱਖਦੇ ਆ ਤੇ ਉਹ ਇੱਥੇ ਤੱਕ ਖੇਡ ਨੂੰ ਲੈ ਕੇ ਆਏ ਇਸ ਨੂੰ ਹੋਰ ਅੱਗੇ ਲੈ ਕੇ ਜਾਣ ਉਹਦੇ ਵਾਸਤੇ ਵੀ ਕੋਸ਼ਿਰੀ ਦੇਵੀ ਦੇ ਨਾਲ ਜੀ ਹੋਂਾਂ ਦੀ ਅਗਵਾਈ ਦੇ ਵਿੱਚ ਤੇ ਮਾਹਰ ਕਮੈਂਟੇਟਰਾਂ ਦੀ ਅਗਵਾਈ ਦੇ ਵਿੱਚ ਇੱਕ ਵਰਕਸ਼ਾਪ ਦਾ ਜਲਦੀ ਹੀ ਜਿਹੜਾ ਆਪਾਂ ਆਯੋਜਨ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਖੇਡ ਦੀ ਬਿਹਤਰੀ ਲਈ ਜੁੜੀਏ ਖੇਡਾਂ ਵਾਸਤੇ ਕੰਮ ਕਰੀਏ ਨੌਜਵਾਨੀ ਨੂੰ ਜਿਹੜੇ ਇਹ ਨਸ਼ਿਆਂ ਦੀ ਦਲਦਲ ਆ ਜਾਂ ਇੱਕ ਬੇਪਰੋਸਗੀ ਇਸ ਮੁਲਕ ਵਿੱਚ ਹੋ ਰਹੀ ਆ ਉਸ ਤੋਂ ਬਾਹਰ ਕੱਢਣ ਲਈ ਕਿਉਂਕਿ ਖੇਡਾਂ ਹੀ ਜਿਹੜਾ ਤੰਦਰੁਸਤ ਸਰੀਰ ਤੇ ਤੰਦਰੁਸਤ ਦਿਮਾਗ ਦਾ ਨਿਰਮਾਣ ਕਰਦੀਆਂ ਆਪਾਂ ਇਹਦੇ ਨਾਲ ਜੋੜੀਏ ਤੇ ਆਪਾਂ ਸੰਦੀਪ ਦੀ ਯਾਦ ਨੂੰ ਤਾਜ਼ਾ ਰੱਖੀਏ ਧੰਨਵਾਦ ਸਾਰੇ ਕਬੱਡੀ ਪ੍ਰੇਮੀਆਂ ਅਤੇ ਸੰਦੀਪ ਨੰਗਲੰਗੀਆਂ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੋ ਸਾਡਾ ਮੇਜਰ ਲੀਗ ਦਾ ਪ੍ਰੋਗਰਾਮ ਹੈ ਤੁਹਾਨੂੰ ਦੱਸ ਹੀ ਦਿੱਤਾ ਤੇ ਮੇਰੀ ਤਾਂ ਬੇਨਤੀ ਇਹ ਸੀ ਵੀ ਠੀਕ ਹੈ ਅਸੀਂ ਮੈਚ ਤਾਂ ਸ਼ੁਰੂ ਕਰਾਉਣ ਲੱਗੇ ਆ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੈਂਗਸਟਰ ਵੀਰਾਂ ਨੂੰ ਬੇਨਤੀ ਕਰਨੀ ਚਾਹਣਾ ਸਰੋ ਗੈਂਗਸਟਰ ਸ਼ਬਦ ਆ ਕੋਈ ਮੈਂ ਆਉਦੇ ਕੋਲੋਂ ਨਹੀਂ ਬਣਾਇਆ ਹਨ ਜੋ ਜਿੱਦਾਂ ਵੀ ਚੱਲਦਾ ਪੇਪਰਾਂ ਤੇ ਆਈ ਜਾਂਦਾ ਜਾਂ ਜਿੱਦਾਂ ਵੀ ਸੁਣਿਆ ਸੁਣਾਇਆ ਆਪਾਂ ਕਹਤਾ ਤੁਹਾਨੂੰ ਬੇਨਤੀ ਵੀਰ ਮੇਰੇ ਉਹ ਇਹ ਆ ਵੀ ਦੇਖੋ ਜਿੱਦਾਂ ਸੰਘਾਰਸ਼ ਦਾ ਟਾਈਮ ਸੀ 1978 ਤੋਂ ਲੈ ਕੇ ਤਕਰੀਬਨ 93 94 ਤੱਕ ਦਾ ਜਿਹੜਾ ਸੀ ਤੇ ਉਸ ਟਾਈਮ ਦੇ ਵਿੱਚ ਵੀ ਜਿਹੜੇ ਆਪਣੇ ਯੋਧੇ ਸੀ ਉਹਨਾਂ ਨੇ ਕਿਸੇ ਦਾ ਕੋਈ ਜਾਨੀ ਕਿਸੇ ਪਲੇਅਰ ਦਾ ਕੋਈ ਚਾਹੇ ਕਬੱਡੀ ਵਾਲਾ ਸੀ ਚਾਹੇ ਹੱਕੀ ਦਾ ਫੁੱਟਬਾਲ ਦਾ ਕੋਈ ਵੀ ਚਾਹੇ ਪਹਿਲਵਾਨ ਸੀ ਉਹਦੇ ਵਿੱਚ ਕੋਈ ਸਾਨੂੰ ਸੁਣਿਆ ਨਹੀਂ ਵੀ ਕੋਈ ਨੁਕਸਾਨ ਹੋਇਆ ਹੋਵੇ ਨਾ ਕਿਸੇ ਅਖਬਾਰ ਨੇ ਕੋਈ ਇਦਾਂ ਦੀ ਖਬਰ ਦਿੱਤੀ ਆ ਉਲਟਾ ਉਹ ਕਦਰ ਕਰਦੇ ਸੀਗੇ ਪਲੇਅਰਾਂ ਦੀ ਤੇ ਤੁਹਾਨੂੰ ਵੀ ਵੀਰ ਮੇਰੇ ਇਹੀ ਬੇਨਤੀ ਆ ਹਨਾ ਵੀ ਚਲੋ ਸਾਨੂੰ ਨਹੀਂ ਪਤਾ ਵੀ ਤੁਹਾਡੀ ਕੀ ਮਜਬੂਰੀ ਹੈ ਇਹਨਾਂ ਗੱਲਾਂ ਪਿੱਛੇ ਇਹਨਾਂ ਕੰਮਾਂ ਪਿੱਛੇ ਤੁਹਾਨੂੰ ਨਹੀਂ ਪਤਾ ਤੁਸੀਂ ਆਪਦੇ ਰਾਹ ਤੋਂ ਪਿੱਛੇ ਹਟ ਸਕੋਗੇ ਜਾਂ ਨਹੀਂ ਹਨਾ ਪਰ ਸਾਡੀ ਤਾਂ ਤੁਹਾਨੂੰ ਇਹੀ ਸਲਾਹ ਹੈ ਵੀ ਤੁਹਾਡੇ ਵੀ ਮਾਪਿਓ ਨੇ ਤੁਹਾਡੇ ਤੋਂ ਆਸਾਂ ਲਾਈਆਂ ਉਹਨਾਂ ਦੇ ਵੀ ਕੋਈ ਸੁਪਨੇ ਹਨ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਤੁਸੀਂ ਆਪਦੇ ਮਾਪਿਓ ਨੂੰ ਇੱਕ ਵਧੀਆ ਜ਼ਿੰਦਗੀ ਦਿਓ ਤੇ ਬਾਕੀ ਘੱਟੋ ਘੱਟ ਯਾਰ ਕਿਸੇ ਪਲੇਅਰ ਦਾ ਨੁਕਸਾਨ ਤਾਂ ਮੇਰੇ ਵੀਰ ਨਾ ਕਰੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ